ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਤੁਹਾਡਾ ਇੱਕ ਹੋਰ ਨਵੇਂ ਵਲੌਗ 'ਚ ਆਪਣੇ ਪਿਆਰੇ ਚੈਨਲ ਜਸ਼ਨ ਵਲੌਗ 'ਤੇ। ਅਤੇ ਆਹ ਵਲੌਗ ਆਪਾਂ ਸ਼ੁਰੂ ਕਰ ਰਹੇ ਹਾਂ ਆਪਣੇ ਘਰੋਂ, ਅਤੇ ਸ਼ੀਸ਼ਾ ਚੈੱਕ ਕਰ ਲਓ ਟੁੱਟਾ ਆਪਾਂ ਜਿਹੜਾ ਲਾਇਆ ਹੋਇਆ। ਇੱਧਰ ਬੰਦੇ ਕਰੋ ਚੈੱਕ, ਅੱਜ ਆਪਾਂ ਚੈੱਕ ਕਰਨ ਚੱਲੇ ਹਾਂ ਆਈਫੋਨ 16 ਸੀਰੀਜ਼, ਅਤੇ ਇੱਕ ਭਰਾ ਨੂੰ ਦਵਾਉਣਾ ਆਪਾਂ, ਬੁੱਕ ਕਰਵਾਉਣ ਚੱਲੇ। ਕਿਹਦੇ ਲਈ? ਸੁੱਖ ਗਿੱਲ ਭਰਾ ਲਈ। ਭਰਾ ਚੱਲਾ ਆਪਣਾ ਇਟਲੀ, ਅਤੇ ਵੀਰ ਜੇ ਹੈਗਾ ਵਾ ਅੰਮ੍ਰਿਤਸਰ, ਅਤੇ ਆਹ ਭਰਾ ਨੇ ਉਹਨੂੰ ਪਾਉਣਾ ਵਾ, ਅਤੇ ਹੈਗਾ ਵੀਰ ਲਈ। ਪਰ ਵੀਰ ਨੇ ਵਲੌਗ ਹੀ ਵੇਖ ਲਿਆ ਤਾਂ ਫਿਰ ਤਾਂ ਪਤਾ ਲੱਗ ਗਿਆ ਨਾ ਕਿ ਪਾ ਦੇ ਲੱਗਾ। ਹੈਂ ਫਿਰ ਕੀ ਕਰਾਂਗੇ ਆਪਾਂ ਸਾਹਿਲ, ਕੀ ਪਤਾ ਉਹਨੂੰ ਪਹਿਲਾਂ ਕੀ ਪਾਉਣਾ ਵਾ? ਪਤਾ ਵਾ, ਫਿਰ ਠੀਕ ਆ। ਅਤੇ ਵੀਰ ਤੈਨੂੰ ਆਈਫੋਨ ਆਪਾਂ ਖਿਲਾਵਾਂਗੇ ਘੈਂਟ ਪੂਰਾ, ਅਤੇ ਦਾਦੇ ਕਰਾ ਕਮੈਂਟ 'ਚ ਕਲਰ ਦੱਸ ਦੀ ਕਿਹੜਾ ਚਾਹੀਦਾ, ਉਹੀ ਖਿਲਾ ਦਾਂਗੇ। ਕਲਰ ਕੁਲਰ ਜਿਹੜਾ ਆਖੇਂਗਾ ਉਹੀ, ਬਲੈਕ, ਚਿੱਟਾ, ਗੋਲਡ ਜਿਹੜਾ। ਹੈਂ ਸਾਹਿਲ ਨੇ ਗਰੋਸਰੀ ਪਤਾ ਨੀ ਕਿੱਥੋਂ ਲਿਆਉਣੀ, ਰੈਂਟ ਕਿੱਥੋਂ ਤਾਰਨਾ ਸਾਹਿਲ ਨੇ, ਫੋਨ ਤੇ ਲੈ ਆਉਣਾ ਸਾਹਿਲ ਨੇ। ਕੱਲ ਮਾਮਾ ਬਾਪੂ ਇਹਦਾ ਕਹਿੰਦਾ, ਬਾਪੂ ਕਹਿੰਦਾ ਕਹਿੰਦਾ ਕੋਈ ਨੀ ਆ ਝੋਨਾ ਝੋਨਾ ਵੇਚ ਲੈਣ ਦੇ, ਕਹਿੰਦਾ ਘੱਲ ਦੂੰਗਾ ਮੈਂ, ਤੂੰ ਵੀ ਲੈ ਲਈ ਇੱਕ, ਤੇਰੇ ਲਈ ਆ ਸਾਰੇ ਜਿਹੜੇ ਹੈਗੇ 10-12 ਕਿੱਲੇ ਤੇਰੇ ਹੀ ਆ, ਟੈਨਸ਼ਨ ਨਾ ਲੈ ਤੂੰ। ਉੱਧਰ ਮਾਲ ਸਾਹਿਬ ਹੋਣੀ, ਮਾਲ ਸਾਹਿਬ ਹੋਣੀ ਨੀ ਜਦੋਂ ਦੀ ਨੁੱਕਰ ਪਈ ਆ ਲਾਗੇ ਏਅਰਪੋਰਟ ਤੇ ਲੱਗੀ ਆ, ਮਾਲ ਸਾਹਿਬ ਹੋਣੀ ਵੀ ਕਹਿੰਦੇ ਕੋਈ ਚੱਕਰ ਹੀ ਨਹੀਂ ਆ। ਆਪਾਂ ਹੁਣ ਚੱਲੇ ਮੇਰੇ ਵੀਰੋ ਫੋਨ ਲੈਣ, ਲੈਣ ਨਹੀਂ ਚੱਲੇ, ਪ੍ਰੀ ਬੁਕਿੰਗ ਸ਼ੁਰੂ ਹੋਈ ਉਹਦੀ, ਅਤੇ ਵੀਰਾਂ ਦਾ ਪ੍ਰੀ ਬੁੱਕ ਕਰਵਾ ਆਈਏ, ਵੇਖਦੇ ਹਾਂ ਪ੍ਰਾਈਸ ਵਗੈਰਾ ਦਾ ਦੇਖਾਂਗੇ, ਡਿਫਰੈਂਸ ਪੈਂਦਾ ਕਿੰਨਾ। ਸਟੈਪਲ ਵੀ ਪੁੱਛਾਂਗੇ, ਸੁਪਰ ਸਟੋਰ ਪੁੱਛਾਂਗੇ, ਸੁਪਰ ਸਟੋਰ ਆਉਣਾ ਤਾਂ ਨਹੀਂ ਜਾਣਾ ਵੀਰ ਆਪਾਂ, ਪਿਛਲੀ ਵਾਰ ਉਹਨਾਂ ਨੇ ਆਹ ਲਿਆਂਦਾ ਇੱਕ ਜਿਹੜਾ ਹੱਥ 'ਚ ਮੇਰੇ, ਡੰਡ ਲਾ ਕੇ ਰਾਤੀ ਸਾਡੀ, ਤਾਂ ਕਰਕੇ ਮੇਰਾ ਵੀਰ ਜਦੋਂ ਵੀ ਫੋਨ ਲੈਣਾ ਸਾਰੀ ਜਗ੍ਹਾ 'ਤੇ ਪੁੱਛ ਪੱਛ ਕੇ ਫਿਰ ਲਿਆ ਕਰੋ। ਅਤੇ ਹੁਣ ਆਪਾਂ ਚੱਲੇ ਹਾਂ ਪੀਟਰ ਪੌਂਡ, ਉੱਥੇ ਜਾ ਕੇ ਚੈੱਕ ਕਰਦੇ ਹਾਂ ਕੀ ਹਿਸਾਬ ਕਿਤਾਬ ਆ ਫੋਨ ਦੇ। ਉਹ ਵੀ ਮੇਰੇ ਵੀਰੋ, ਹਾਂਜੀ ਸਾਹਿਲ ਕਿਹੜਾ ਲੈਣਾ ਫਿਰ? 16 ਪ੍ਰੋ ਵੱਲ ਨਹੀਂ ਆਉਂਦੇ, ਪ੍ਰੋ ਆਉਣ ਨਹੀਂ ਦੇ, ਭਰਾ ਫਿਰ ਗੁੱਸੇ ਨਹੀਂ ਹੋਊਗਾ? ਇਹ ਨਿਕਾਲ ਸਕਦੇ ਹੋ ਥੋੜ੍ਹਾ ਸਾ, ਮਤਲਬ ਇਸਕੇ ਬਾਰ ਲੋਕ ਸੇ ਚੈੱਕ ਤੇ ਕਰੀਏ, ਕਿਹੜਾ ਕਲਰ ਪਾਉਣਾ ਜੀ? ਬਲੈਕ ਭਾਈ, ਬਲੈਕ ਕਲਰ ਭਾਈ, ਪ੍ਰਾਈਜ਼ ਕੋਈ ਨਹੀਂ ਭਰਾਵਾ, ਕੁਛ ਨਹੀਂ ਦੇਣਾ, ਇਹ ਹੈਗਾ ਕੁੱਖ ਨਹੀਂ ਆਈ ਤਾਂ ਜੇਬ 'ਚ। ਮੇਰੇ ਵੀਰੋ ਆ ਜੇ 16, ਇੱਕ ਵਾਰ ਕਲੀਅਰਿਟੀ ਚੈੱਕ ਕਰੋ, ਸੋਹਣਾ ਆਉਂਦਾ ਵੇਖ, ਘੈਂਟ ਆਉਂਦੀ ਆ, ਵਧੀਆ ਵਾ, ਛੋਟਾ ਵਾਰ ਯਾਰ, ਪ੍ਰੋ ਮੈਕਸ ਹੀ ਠੀਕ ਰਹਿਣਾ ਤੈਨੂੰ, ਦੇਖਦੇ ਹਾਂ ਹੁਣ ਆਪਾਂ ਕਿਹੜਾ ਲੈਂਦੇ ਹਾਂ। ਮੇਰੇ ਹਿਸਾਬ 16 ਹੀ ਕਰਨਾ ਫਿਰ, ਤੂੰ ਕਰ ਲਿਆ ਪੱਕਾ? ਅਤੇ ਬਾਕੀ ਇਹ 'ਚ ਸਭ ਬਾਕੀ ਸਾਰਾ ਸੇਮ ਆ ਜੇ, ਅਤੇ ਜਿਹੜਾ ਇੱਕ ਜੋ ਉਹਦੇ ਵਿੱਚ ਆਇਆ ਬਸ ਫੀਚਰ, ਤੁਹਾਨੂੰ ਮੈਂ ਦਿਖਾਉਣਾ ਕੀ ਆਇਆ ਵਾ, ਬਸ ਆਹ ਫੀਚਰ ਆਇਆ ਜੀ, ਆਪਣੀ ਕੈਮਰਾ ਮੜਿਆ, ਆਹ ਵਾਲਾ ਫੀਚਰ ਆਇਆ ਜੀ ਕੈਮਰੇ ਵਾਲਾ, ਜਿਨ੍ਹਾਂ ਨੇ ਜਿੱਦਾਂ ਵਲੋਗਿੰਗ ਵਲੂਗਿੰਗ ਦੇ ਵਿੱਚ ਆਉਂਦਾ, ਇਹ 'ਚ ਨਹੀਂ ਹੈਗਾ ਸ਼ਾਇਦ, ਆਹ ਜਿਹੜਾ ਜ਼ੂਮਿੰਗ ਵਾਲਾ ਨਾ, ਆਹ ਚੀਜ਼ ਆਈ ਆ ਬਸ, ਕਿ ਆਪਾਂ ਜ਼ੂਮ ਵਗੈਰਾ ਇੱਥੋਂ ਕਰ ਸਕਦੇ ਹਾਂ, ਸੈਂਸਰ ਇੱਥੇ ਆਇਆ ਨਵਾਂ, ਅਤੇ ਬਾਕੀ 16 ਦੇ ਪਿੱਛੋਂ ਕੈਮਰੇ ਘੈਂਟ ਕੀਤੇ ਉਹਨਾਂ ਨੇ, ਜਿਹੜੀ ਚੀਜ਼ ਮੈਨੂੰ ਵਧੀਆ ਲੱਗੀ, ਬਾਕੀ ਹੋਰ ਤਾਂ ਨਹੀਂ ਇੰਨਾ ਕੁਛ ਖਾਸ ਲੱਗਾ ਮੈਨੂੰ। ਅਤੇ 15 ਜਿਹੜਾ ਆਪਣਾ ਪ੍ਰੋ, ਉਹ ਵੀ ਸਾਈਜ਼ ਪਿਛ 15 ਜਿਹੜਿਆ ਮੂੰਹ 'ਤੇ, 16 ਪ੍ਰੋ ਦਾ ਵੀ ਮਤਲਬ ਸਾਈਜ਼ ਇੱਕ ਹਿਸਾਬ ਦਾ ਸੇਮ ਹੀ ਲੱਗਣ ਦਿਆ ਵਾ, ਅਤੇ 16 ਪ੍ਰੋ ਮੈਕਸ 'ਚ ਥੋੜ੍ਹਾ ਜਿਹਾ ਡਿਫਰੈਂਸ ਆਇਆ, ਸਲਾਈਟ ਡਿਫਰੈਂਸ ਹੈਗਾ ਵਾ ਜੇ ਵੇਖਿਆ ਜਾਵੇ, ਅਤੇ ਇੱਥੋਂ ਐਜ ਆ ਨਾ ਜਿਹੜੇ, ਉਹ ਉਹਨਾਂ ਨੇ ਥੋੜ੍ਹੇ ਜਿਹੇ ਘਟਾ ਤੇ ਆ, ਬਾਕੀ ਤਾਂ ਸੇਮ ਹੀ ਆ, ਅਤੇ ਇਹ 'ਚ ਵੀ ਸੇਮ ਉਹੀ ਫੀਚਰ। ਅਤੇ ਜਿਹੜੀ ਚਿੱਪ ਆ, ਇਹ ਚਿੱਪ ਉਹਨਾਂ ਨੇ ਕਿ ਇਹਦੇ ਵਿੱਚ A18 ਆ ਮੇਰੇ ਹਿਸਾਬ ਦੇ ਨਾਲ, ਬਾਕੀ ਓਕੇ ਆ। ਇੱਕ ਵਾਰ ਇਹ ਵੀ ਖੋਲ ਸਕਦੇ ਹੋ ਸਰ, ਸਰ ਤੋਂ ਖੁਲਵਾ ਲਈਏ ਇੱਕ ਵਾਰ, ਤੁਹਾਨੂੰ ਕਲਰ ਦਿਖਾ ਦਈਏ, ਆਹ ਕਲਰ ਆਇਆ ਜੀ ਨਵਾਂ ਇਹਦੇ ਵਿੱਚ, ਇਹਦਾ
15-12 ਪ੍ਰੋ ਮੈਕਸ ਦਾ ਆਉਂਦਾ ਹੁੰਦਾ ਸੀ ਨਾ ਜਿਹੜਾ ਗੋਲਡ ਵਾਲਾ, ਐਤਕੀ ਡੈਜ਼ਰਟ ਟਾਈਟੇਨੀਅਮ ਆਇਆ ਵਾ, ਕਲਰ ਬਹੁਤ ਸੋਹਣਾ ਵਾ। ਪਰ ਆਪਾਂ ਲੈਣਾ ਐਤਕੀ ਬਲੈਕ ਆ ਜੇ ਲਿੱਤਾ, ਕਿਉਂਕਿ ਬਲੈਕ ਅਤੇ ਗਰਾਡੀ ਜਿਹੜੀ ਆ ਉਹ ਘੈਂਟ ਲੱਗਦਾ। ਇਹ 'ਚ ਵੀ ਸੇਮ ਉਹੀ ਫੀਚਰ ਆ, ਆਪਾਂ ਨੂੰ ਯੂਜ਼ ਕਰ ਸਕਦੇ। ਵੀਰ ਨੂੰ ਲਿਆਉਂਦੇ ਹੋਣੇ ਵਿੱਚ, ਉਹ ਵੀਰ ਮੈਨੇਜਰ ਸਾਹਿਬ ਨਾਲ ਮਿਲੋ ਪਹਿਲਾਂ, ਤਾਂ ਰੂਪ ਭਾਅ ਜੀ ਦੇ ਨਾਲ ਬੰਦਿਆਂ ਦੀ ਇੱਥੇ ਲੋੜ ਆ ਜੋਬ ਲਈ, ਆਓ ਭਾਅ ਜੀ ਨੂੰ ਤੰਗ ਕਰੋ ਜੋਬ ਲਈ। ਥੈਂਕ ਯੂ ਭਈਆ। ਅਤੇ ਵੀਰ ਤੋਂ ਆ ਕੇ ਰੈਫਰੈਂਸ ਪਾਓ, ਅਤੇ ਇਹਦੀ ਰੈਫਰੈਂਸ ਪਾਇਓ ਪਹਿਲਾਂ, ਤਾਂ ਤੇਰਾ ਹੀ ਆ ਨਾ ਨੰਬਰ, ਬਿੱਲ ਵੀ ਘਟੂਗਾ, ਬਿੱਲ ਤੁਹਾਡਾ ਵੀ ਘਟੂਗਾ, ਅਤੇ ਵੀਰ ਤੋਂ ਘਾਟਾ ਵਾਧਾ ਕਰਾ ਲਿਓ ਜਿਹੜਾ ਕਰਾਉਣਾ ਹੋਊਗਾ, ਅਤੇ ਇਹਦਾ ਬਿੱਲ ਘਟੂਗਾ ਅਤੇ ਇੱਕ ਤੁਹਾਡਾ ਘਟੂਗਾ, ਸਾਰਿਆਂ ਦਾ ਹੀ, ਸਾਰਿਆਂ ਦਾ ਹੀ। ਆ ਜਾਓ ਵੀਰ ਤੋਂ, ਕਿਉਂ ਵੀਰ ਜੀ ਡੀਲ ਡੂਲ ਕੋਈ ਦੱਸਣੀ ਹੋਵੇ ਤੁਸੀਂ। ਰਾਈਟ ਨਾਓ ਅਵੇਲੇਬਲ ਹੈ ਜੀ ਆਈਫੋਨ 16 ਪ੍ਰੋ ਔਨ ਪ੍ਰੀ ਆਰਡਰਸ, ਤੇ ਹੋਰ ਕੋਈ ਡੀਲ ਆਪਣੇ ਆ ਕੇ ਲੈ ਜਾਓ ਜਲਦੀ ਤੋਂ ਜਲਦੀ। ਤੇ ਡੀਲ ਕੋਈ ਸਟੂਡੈਂਟ ਲਈ ਵਧੀਆ ਜੀ, ਸਟੂਡੈਂਟ ਵਾਸਤੇ ਖਾਸ ਈਪੀਪੀ ਪਲਾਨ ਚੱਲਦਾ ਪਿਆ। ਹਾਂਜੀ $45 ਚ ਅਨਲਿਮਿਟਿਡ ਇੰਟਰਨੈਟ, ਲੋ ਵੀ ਮੇਰੇ ਵੀਰ ਅਨਲਿਮਿਟਿਡ ਇੰਟਰਨੈਟ, ਜਿਹੜੇ ਮੇਰੇ ਵੀਰ ਵਾਈਫਾਈ ਨਹੀਂ ਲੱਗਾ ਉਹਨਾਂ ਲਈ ਸੌਖੇ ਆ, ਅਨਲਿਮਿਟਿਡ ਇੰਟਰਨੈਟ ਚਲਾਓ ਤੇ ਵੀਰ ਕੋ ਆ ਜਾਓ। ਮੇਰੇ ਵੀਰੋ ਘਰ ਆ ਗਏ ਸੀ, ਅਤੇ ਹੁਣ ਆਪਾਂ ਚੱਲੇ ਹਾਂ ਜਿਮ ਨੂੰ, ਤਾਂ ਤਿਆਰੀ ਸ਼ਰੀ ਹੁੰਦੀ ਆ, ਬੂਟ ਬਾਟ ਪਾਈਏ ਅਤੇ ਜਿਮ ਜਾਂਦੇ ਹਾਂ, ਅਤੇ ਫਿਰ ਜਿਮ ਜਾ ਕੇ ਅਤੇ ਐਕਸਰਸਾਈਜ਼ ਲਾਵਾਂਗੇ। ਅਤੇ ਆਪਾਂ ਹਜੇ ਥੋੜ੍ਹਾ ਥੋੜ੍ਹਾ ਹੀ ਕੀਤਾ ਹੋਇਆ, ਮਤਲਬ ਥੋੜ੍ਹਾ ਜਿਹਾ ਸ਼ੁਰੂ ਕੀਤਾ ਹਜੇ ਥੋੜ੍ਹਾ ਥੋੜ੍ਹਾ, ਅਤੇ ਹੌਲੀ ਹੌਲੀ ਕਰਕੇ ਆਪਾਂ ਫੁੱਲ ਹੋ ਜਾਵਾਂਗੇ ਸੈੱਟ ਕਰਨਾ, ਕਿਉਂਕਿ ਨਾ ਬੋਡੀ ਵੀ ਯਾਰ ਫਿੱਟ ਚਾਹੀਦੀ ਆ ਬੰਦੇ ਨੂੰ, ਜੇ ਕੰਮ ਧੰਦਾ ਚਲੋ ਕੋਈ ਹੈਗਾ ਨਹੀਂ ਆ, ਬੋਡੀ 'ਤੇ ਫਿੱਟ ਰੱਖੀਏ। ਕਿਉਂ ਜੱਗੀ ਵੀਰ, ਨਿਊ ਬੂਟ ਕਹਿੰਦਾ ਜੱਗੀ ਪਾ ਕੇ ਜਾਊਗਾ, ਉਹ ਮੁੰਡੇ ਨੇ ਨਿਊ ਬੂਟ ਪਾ ਲਏ, ਉੱਧਰ ਪਾਓ ਪਾਓ ਸਾਹਿਲ, ਚਲੋ ਲੈ ਚਾਹ ਹੀ ਬੜਾ ਜਿਮ ਦਾ ਮੁੰਡਿਆਂ ਨੂੰ। ਲੋ ਵੀ ਮੇਰੇ ਵੀਰੋ ਗੈਂਗ ਸਾਰੀ ਤਿਆਰ ਆ, ਅਤੇ ਬਾਬਾ ਜੀ ਦਾ ਮਹਾਰਾਜ ਜੀ ਦਾ ਨਾਂ ਲੈ ਕੇ ਆ ਜਾਓ ਜਿਮ, ਕਿਹਦਾ ਗੋਡਾ ਗੋਡਾ ਮੋਢਾ ਮੋਢਾ ਨਾ ਹਿਲ ਜੇ, ਆ ਜਾਓ। ਅਤੇ ਮਾਲ ਸਾਹਿਬ ਕਹਿੰਦੇ ਛੁੱਟੀ ਮਾਰ ਲਈ ਅੱਜ, ਮਾਲ ਸਾਹਿਬ ਗਲਤ ਗੱਲ ਆ, ਕੱਲ੍ਹ ਨੂੰ ਚਲੋ। ਅਤੇ ਅਮਰਦੀਪ ਸਿੰਘ ਜੀ ਆਪਣੇ ਪੱਗ ਬੰਨ ਰਹੇ ਨੇ, ਪੱਗ ਬੰਨ ਕੇ ਜਿਮ ਲਾਉਣੀ ਕਹਿੰਦੇ। ਅਤੇ ਰਸੋਈ ਦੀ ਸਾਫ਼ ਸਫਾਈ ਚੈੱਕ ਕਰੋ, ਭਾਂਡੇ ਜੱਗੀ ਦੀ ਵਾਰੀ ਜੱਗੀ ਆ ਕੇ ਮਾਂਜੂਗਾ, ਅਤੇ ਬਾਕੀ ਸਫਾਈ ਪੂਰੀ ਓਕੇ ਆਪਣੀ, ਅਤੇ ਆ ਜਾਓ ਮੁੰਡਿਓ। ਚਲੋ ਚੱਲੀਏ ਮੁੰਡਿਓ। ਉਹ ਵੀ ਮੇਰੇ ਵੀਰੋ ਬੰਦਾ ਇੱਕ ਹੋਰ ਮਿਲ ਗਿਆ ਆਪਾਂ ਨੂੰ, ਚਾਚਾ ਸੋਢੀ ਮਿਲ ਗਿਆ। ਹੋਰ ਸਨਵੀਨ ਵੀਰ ਜੀ ਕੀ ਹਾਲ ਜੀ, ਹੋਰ ਚਾਚਾ ਸੋਢੀ ਕੀ ਹਾਲ ਜੀ, ਗੁੱਡ ਬੜੀ ਹਾਓ ਆਰ ਯੂ, ਬਾਕੀ ਬੰਦੇ ਬਾਕੀ ਬੰਦੇ ਆ ਰਹੇ ਨੇ ਪਿੱਛੇ ਆ ਰਹੇ ਨੇ। ਚਲੋ ਗੋਰੇ ਵੀ ਨਾਲ ਲਿਆਂਦੇ ਆਪਾਂ ਅੱਜ ਜਿਮ ਲਈ, ਅੱਜ ਕੀ ਲਾਉਣਾ ਫਿਰ ਦੱਸੋ, ਸ਼ੋਲਡਰ ਅੱਜ ਪ੍ਰਦੀਪ ਨੇ ਲੇਟ ਆਉਣਾ ਕਹਿੰਦੇ, ਕੋਚ ਸਾਹਿਬ ਲੇਟ ਹੋਣਗੇ, ਆ ਜਾਓ ਫਿਰ ਆਪਾਂ ਤਾਂ ਸ਼ੁਰੂ ਕਰੀਏ ਜਾ ਕੇ। ਹਾਂਜੀ ਵੀਰ ਜੀ, ਕਿਹੜੇ ਮੁੰਡੇ ਨੂੰ, ਜੱਗੀ ਨੂੰ, ਜੱਗੀ ਅੱਛਾ ਤੁਹਾਡੇ ਵਾਲੇ ਜੱਗੀ ਨੂੰ, ਹਾਂ ਜਾਂਦਾ ਤੁਹਾਡੇ ਵਾਲਾ ਜੱਗੀ ਵੀ, ਜੱਗੀ ਆਉਂਦੇ ਉਹਨਾਂ ਵਾਲਾ। ਉਹ ਵੀ ਮੇਰੇ ਵੀਰੋ ਕਹਿੰਦੇ ਜਦੋਂ ਵੀ ਜਿਮ ਲਾਉਣ ਆਉਂਦੇ ਤਾਂ ਕਹਿੰਦੇ ਡਰ ਹੀ ਆਉਂਦੀ ਪੂਰੀ, ਕਰੋ ਇੱਧਰ ਵੇਖੋ ਗੈਂਗ ਆਉਂਦੀ ਪੂਰੀ, ਇੱਧਰ ਬੈਂਡ ਪਾਉਣੇ ਹੋਣਾ ਹੱਥਾਂ 'ਤੇ ਮੈਡਮ ਦੇ, ਅਤੇ ਮੈਡਮ ਦੇ ਕਹਿੰਦਾ ਕਿਹਨੂੰ ਪਹਿਲਾਂ ਪਾਉਂ, ਗੈਂਗ ਬੜੀ ਹੋ ਗਈ ਇਕੱਠੀ। ਉਹ ਭਰਾਵਾ ਕੁਸ਼ਤੀ ਤੁਹਾਡੀ ਕਰਾਉਂਦੇ ਹੋ ਉੱਥੇ, ਦੋ ਤਿੰਨ ਰਹਿ ਗਏ ਜੇ ਆਉਣ ਵਾਲੇ, ਮਾਲ ਸਾਹਿਬ ਰਹਿ ਗਏ ਆ, ਹੋਰ ਵੀ ਦੋ ਤਿੰਨ ਜਾਣੇ ਜਿਹੜੇ ਆਏ ਨਹੀਂ ਅਜੇ। ਲੈ ਮੇਰੇ ਵੀਰੋ ਗੈਂਗ ਆਈ ਅੱਜ ਆਪਣੀ, ਅੱਜ ਗੈਂਗ ਆਈ ਸਾਰੀ ਜਿਮ, ਲੈ ਬਾਂਬਣਾ ਡੋਲਾ ਪੰਪ ਆ ਬਸ, ਬਹੁਤ ਬਹੁਤ ਓਕੇ ਆ, ਬੱਲੇ ਬਾਂਬਣਾ ਪੈ, ਵੇਟ ਇੱਧਰ ਵੇਟ ਵੇਖ ਲੈਂਦੇ, ਉਹ ਤੇਰੀ ਨੂੰ ਗੁਰੂਆ 22 ਕਿਲੋ ਪੈ ਬਾਂਬਣਾ, ਇੱਧਰ ਕੋਚ ਸਾਹਿਬ ਆਪਣੇ ਕੋਚ ਸਾਹਿਬ, ਉਹ ਸਨਵੀਨ ਵੀ ਲੱਗਾ ਆ ਵੀਰ ਨਵਾਂ ਆਇਆ ਜੀ, ਬਹੁਤ 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 ਗੁੱਡ ਸਨਵੀਨ, ਬਸ ਇੱਦਾਂ ਹੀ ਬ੍ਰੋ ਇੱਦਾਂ ਹੀ ਖਿੱਚੀ ਰੱਖ, ਕੰਮ ਖਿੱਚੀ ਰੱਖ।
ਲੋ ਵੀ ਮੇਰੇ ਵੀਰੋ ਅੱਜ ਕਹਿੰਦੇ ਪਾੜੀ ਸ਼ਾੜੀ ਹੋ ਰਹੀ ਤੇ ਪਾੜੀ ਹੋ ਕਿੱਥੇ ਰਹੀ ਆ ਇਧਰ ਵੇਖੋ ਸਹੀ ਪਾੜੀ ਹੋ ਕਿੱਥੇ ਰਹੀ ਬੰਦਿਆਂ ਦੀ ਅੱਜ ਕਹਿੰਦੇ ਇੱਧਰ ਬਾਹਰੋਂ ਹੀ ਬਾਹਰ ਕੰਮ ਚੱਲੂ ਮੇਰੇ ਵੀਰੋ ਉਦੋਂ ਤੇ ਪੀਜ਼ਾ ਖਾ ਲਿਆ ਵਾ ਹੁਣ ਪਛਤਾਵਾ ਹੁੰਦਾ ਕਿ ਇੰਨੀ ਠੋਕ ਕੇ ਜਿਮ ਲਈ ਦੇ ਹੁਣ ਆ ਕੇ ਪੀਜ਼ਾ ਖਾ ਲਿਆ 2 ਘੰਟੇ ਕੈਲਰੀਜ਼ ਬਰਨ ਕੀਤੀਆਂ ਤੇ ਉਹ ਜਿੰਨੀਆਂ ਬਰਨ ਕੀਤੀਆਂ ਉਹ ਟ੍ਰਿਪਲ ਜਾਂ ਫਿਰ 4 ਟਾਈਮਸ ਉਹ ਕੈਲਰੀਜ਼ ਆਪਾਂ ਦੁਬਾਰਾ ਖਾ ਲਈਆਂ ਇੱਧਰ ਬਾਹਮਣ ਹੋਣਾ ਰੋਟੀਆਂ ਨੂੰ ਮਾਤਾ ਦਿੱਤੀ ਆ ਆਲੂ ਚੱਲਣ ਦੇ ਕਹਿੰਦੇ ਮੇਰੇ ਵੀਰੋ ਆਲੂ ਚੱਲੂਗੇ ਅੱਜ ਬਾਕੀ ਕਿੱਥੇ ਬੰਦੇ ਘਰੇ ਕੋਈ ਨੀ ਹੈਗਾ ਘਰੇ ਹੈਗਾ ਨੀ ਆ ਕੋਈ ਕੀ ਆ ਦੋ ਵਧਾਈਆਂ ਮੁੰਡੇ ਨੂੰ ਪਲੈਨ ਇੱਧਰ ਹੋ ਗਿਆ ਡਨ 16 ਪ੍ਰੋ ਚੱਕਤਾ ਜੀ ਥੋੜੇ ਚਿਰ ਨੂੰ ਆਉਂਦੇ ਹੋਣਾ ਤੇ ਵਿਖਾਨੇ ਤੁਹਾਨੂੰ 16 ਪ੍ਰੋ ਕਿਹੜਾ ਦਿੱਤਾ ਹੀ ਰੰਗ ਲਾਰਮ ਅੱਗੇ ਗੁਰੂਆ ਮੇਰੇ ਤੋਂ ਲਾਰਮ ਵੱਜ ਗਿਆ ਪੁਲਿਸ ਵਾਲਿਆਂ ਨੇ ਘੇਰ ਲਿਆ ਇੱਥੇ ਆ ਕੇ ਨਾ ਭਰਾ ਹੱਥ ਜੁੜੇ ਆ ਵੇਖ ਲਓ ਹੱਥ ਜੁੜੇ ਜੇ ਉਹ ਮੈਨੂੰ ਪਤਾ ਹੀ ਨਹੀਂ ਕਿ ਚਾਰਜ ਲਾਉਣ ਨਾਲ ਲਾਰਮ ਲਾ ਕੇ ਜਾਂਦਾ ਮੈਂ ਕਿਤੇ ਫੋਨ ਨਾਲ ਪੰਗੇ ਲੈਂਦਾ ਤੇ ਮੈਂ ਚਾਰਜ ਲਾਤਾ ਤੇ ਉਹ ਭੈਣ ਲਾਰਮ ਵੱਜ ਗਿਆ ਉੱਧਰ ਉਹਦੇ ਚੰਗੇ ਵੇਲੇ ਚੱਲ ਬੰਦੇ ਆਪਣੇ ਲੱਗੇ ਇੱਥੇ ਉਹਨਾਂ ਨੇ ਬਚਾ ਲਿਆ ਬੰਦਾ ਤੁਹਾਨੂੰ ਮਿਲਾਉਂਦੇ ਆ ਉਹ ਵੀਰ ਨੂੰ ਆ ਕੇ ਡਿਸਕਾਊਂਟ ਡਿਸਕਾਊਂਟ ਲੈਣਾ ਹੋਵੇ ਉਹ ਵੀਰ ਨੂੰ ਆ ਕੇ ਤੰਗ ਕਰਿਓ ਆਉਂਦਾ ਵੀਰ ਨੂੰ ਬਾਹਮਣ ਨੂੰ ਟੈਬ ਲਾ ਦੇਣਾ ਆਪਾਂ ਮੈਂ ਤੇ ਬਾਹਮਣ ਇਹ ਚ ਵੇਖਿਆ ਕਰੂਗਾ ਫਿਲਮਾਂ ਠੀਕ ਹੈ ਕਿਹੜਾ ਲੈਣਾ ਬਾਹਮਣ ਦਾ ਦਾਦੇ ਕੋਈ ਨਹੀਂ ਲਾ ਦੇਣਾ 16 ਪ੍ਰੋ ਹੀ ਲੈਣਾ 16 ਪ੍ਰੋ ਤੂੰ ਵੀ 16 ਪ੍ਰੋ ਹੀ ਲੈਣਾ ਤੇ ਆ ਵਲੌਗ ਯਾਰ ਮੈਂ ਕੱਲ ਵਾਲੇ ਵਲੌਗ 'ਚ ਐਡ ਕਰ ਦੂੰਗਾ ਕੱਲ ਵੀ ਆਪਾਂ ਗਏ ਸੀ ਫੋਨ ਲੈਣ ਪਰ ਕੱਲ ਸਾਨੂੰ ਡੀਲ ਨਹੀਂ ਵਧੀਆ ਮਿਲੀ ਅੱਜ ਫਿਰ ਅੱਜ ਆਪਾਂ ਨੂੰ ਡੀਲ ਵਧੀਆ ਮਿਲ ਗਈ ਨਵਾਬ ਵੀਰ ਕਰਕੇ ਨਵਾਬ ਵੀਰ ਨੇ ਡੀਲ ਦਵਾ ਦਿੱਤੀ ਆਪਾਂ ਨੂੰ ਕਹਿਣ ਇੱਧਰ ਗੇਮ ਵੇਖੋ ਚੱਲਦੀ ਵੀ ਮੇਰੇ ਵੀਰੋ ਮੁੰਡੇ ਦੀ ਮਿਹਨਤ ਦੀ ਕਮਾਈ ਲਾ ਦੀ 16 ਪ੍ਰੋ ਦੇ ਹੁੰਦੇ ਨੇ ਤੇ ਬਹੁਤ ਬਹੁਤ ਧੰਨਵਾਦ ਸੁੱਖ ਵੀਰ ਦਾ ਵੀਰ ਨੇ ਦਵਾਏ ਹੈੱਡਫੋਨ ਤੇ ਨਾਲ ਦਵਾਇਆ ਇੱਕ ਆਈਫੋਨ ਗਿਫਟ ਕਾਰਡ ਤੇ ਯੂਜ਼ ਹੋ ਗਿਆ ਵਾ ਵਿੱਚ ਸਾਰਾ ਕੁਛ ਵੀਰ ਨੇ ਸਾਰਾ ਕੁਛ ਕਰਾਤਾ ਐਂਡ ਜਿਹੜੇ ਮੇਰੇ ਵੀਰਾਂ ਨੇ ਫੋਟੋ ਮੈਂ ਕਰ ਲੈਣ ਡਿਸਕਾਊਂਟ ਲੈਣਾ ਵੀਰ ਤੋਂ ਆ ਜਾਓ ਛੇਤੀ ਛੇਤੀ ਡੀਲ ਪੂਰੀ ਵਧੀਆ ਮਿਲੂਗੀ 16 ਪ੍ਰੋ ਮੈਕਸ ਜਿਹੜਾ ਮਰਜ਼ੀ ਚਾਹ ਮੈਡਮ ਜੀ ਇਹਨਾਂ ਦੀ ਇਹ ਮੈਡਮ ਤੋਂ ਨਾ ਇਹਨੇ ਨਹੀਂ ਦੇਣਾ ਕੁਛ ਵੀ ਚਲੋ ਠੀਕ ਆ ਫੋਨ ਦੀ ਓਪਨਿੰਗ ਕਰਦੇ ਫਿਰ ਤੁਹਾਨੂੰ ਵਿਖਾਉਂਦੇ ਹਾਂ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਵੀਰ ਦਾ ਬਹੁਤ ਬਹੁਤ ਧੰਨਵਾਦ ਸਾਹਿਲ ਕੀ ਭਰਾ ਦਾ ਨਾ ਕੀ ਸੁੱਖ ਆ ਸੁੱਖ ਗਿੱਲ ਵੀਰ ਵੇਖ ਲਾ ਆ ਬਿੱਲ ਵੇਖ ਲਾ $1540 ਮਿਹਨਤ ਦੀ ਕਮਾਈ ਡਿਟੇਲਿੰਗ ਕਰ ਕਰਕੇ ਲੈ ਇਹਦੇ ਭਰਾ ਦਾ ਨਾਂ ਵੀ ਸੁੱਖੀ ਆ ਸੁੱਖ ਗਿੱਲ ਇੱਕ ਸੁੱਖ ਨੇ ਫੋਨ ਦਿੱਤਾ ਤੇ ਇੱਕ ਨੇ ਲੈਣਾ ਬਹੁਤ ਕਰੋ ਗੱਲ ਬਾਵਣਾ ਤੂੰ ਵੀ ਲੈਣਾ ਕੋਈ ਫੋਨ ਦੱਸ ਦੇ ਹੈਗਾ ਜੀ ਬਸ ਠੀਕ ਆ ਸਾਂਭ ਕੇ ਰੱਖੋ ਉਹਨੂੰ ਜੱਗੀ ਤੂੰ ਵੇਹਲਾ ਲੈਣਾ ਹੋਵੇ ਕੋਈ ਲੈ ਲਿਆ ਆਪਾਂ ਨਾਲ ਲੈਣਾ ਹੋਵੇ ਨਾਲ ਦਿੱਤੇ ਵੀਰ ਨੇ ਹੈੱਡਫੋਨ ਪੂਰੇ ਘੈਂਟ JBL ਦੇ ਇਹ ਆਪਣੇ ਆ ਠੀਕ ਆ ਉਹ ਭੇਜਤਾ ਬਸ ਠੀਕ ਖੋਲਣਾ ਹੋਣਾ ਕਿ ਨਹੀਂ ਖੋਲਣਾ ਕੀ ਖੋਲਣ ਲੱਗਾ ਖੋਲਣਾ ਵਾ ਲੈ ਚੱਲ ਆਹ ਵੀਡੀਓ ਤਾਂ ਬਣਾਈਏ ਨਾਲ ਤੇਰੀ ਬਹੁਤ ਬਹੁਤ ਵਧਾਈਆਂ ਦੋ ਮੁੰਡੇ ਨੂੰ ਕੰਗਰੈਚੁਲੇਸ਼ਨ ਕਰੋ ਅੱਜ ਕਹਿੰਦੇ ਕੰਗਰੈਚੁਲੇਸ਼ਨ ਕਰ ਦਿਓ ਡਗਾਣ ਨਹੀਂ ਡਿੱਗਦੇ ਵੀ ਬੜੀ ਹੁੰਦੇ ਜੇ ਖੋਲਦੇ ਏਦਾਂ ਨਹੀਂ ਖੋਲੀ ਤਾਂ ਬਹੁਤ ਇੱਧਰ ਲੈ ਇੱਧਰ ਕਾਲਾ ਰੰਗ ਮੇਰਾ ਇਸ਼ਕੀ ਗੁਰੂ ਆ ਬਲੈਕ ਕਲਰ ਨਾ ਜਿਹੜਾ ਇੱਥੇ ਰੱਖ ਸੁੱਖ ਵੀਰ ਜੀ ਵਧਾਈਆਂ ਹੁਣ ਇਟਲੀ ਵਾਲਾ ਭਾਉ ਆਉਣ ਤੇ ਕਰ ਆਉਣ ਨੱਪ ਬਟਨ ਚੱਲ ਪਿਆ ਵਧਾਈਆਂ
ਕੋਈ ਨੀ ਕਿਸ਼ਤ ਕੁਛ ਨੀ ਹੋਇਆ, ਮੈਨੂੰ ਟੈਨਸ਼ਨ ਲਈ ਦੀ ਹੁੰਦੀ। ਮੇਰੇ ਵੀਰੋ ਆਹ ਜੇ 16 ਪ੍ਰੋ ਮੈਕਸ ਡੈਜ਼ਰਟ ਟਾਈਟੇਨੀਅਮ, ਇਹ ਥੋੜ੍ਹਾ ਜਿਹਾ ਹੈਗਾ ਯਾਰ ਉਹਦੇ ਵਰਗਾ, ਜਿਹੜਾ ਆਪਾਂ 12 ਪ੍ਰੋ ਮੈਕਸ ਗੋਲਡ ਆਉਂਦਾ ਸੀ ਨਾ ਉਹਦੇ ਨਾਲ ਦਾ ਥੋੜ੍ਹਾ ਜਿਹਾ, ਕੁੜੀਆਂ ਜਿਹੇ ਵਾਲਾ ਰੰਗ ਆ, ਕੋਈ ਇੰਨਾ ਖਾਸ ਨਹੀਂ ਲੱਗਣ ਦਾ ਮੈਨੂੰ, ਬਲੈਕ ਹੀ ਲਵਾਂਗੇ ਜੇ ਤਾਂ ਲੈਣਾ ਹੋਇਆ। ਅਤੇ ਬਾਕੀ ਇੱਕ ਵਾਰ ਕੈਮਰਾ ਕਲੈਰਿਟੀ ਮੈਂ ਤੁਹਾਨੂੰ ਚੈੱਕ ਕਰਾ ਦਿੰਦਾ, ਇਹਦੀ ਚੈੱਕ ਕਰ ਸਕਦੇ ਹੋ ਕੈਮਰਾ ਕਲੈਰਿਟੀ, ਓਕੇ ਲੱਗਣ ਦੀ ਵੈਸੇ ਤਾਂ ਮੈਨੂੰ। ਅਤੇ ਬਾਕੀ 4K ਦੇ 120 FPS ਚੱਲਦੇ ਆ, ਪਰ ਇਹ ਹੈ ਕਿ 4K 120 ਚੱਲਦੇ ਜਾਂਦੇ ਆ ਪਰ ਉਹ ਨਹੀਂ ਹੋਣ ਦਿਆ, 0.5x 'ਤੇ ਨਹੀਂ ਜਾਂਦਾ, ਇਹ ਤੁਸੀਂ ਵੇਖ ਸਕਦੇ ਹੋ। ਅਤੇ ਬਾਕੀ ਦੇ ਠੀਕ ਠਾਕ ਆ। ਅਤੇ ਇੱਕ ਮਿੰਟ ਰੋਜੋ, ਇੱਕ ਵਾਰ ਮੈਂ ਇਹ 'ਚ ਰਿਕਾਰਡ ਕਰ ਲੈਂਦਾ ਵਾ, ਤੁਹਾਨੂੰ ਫਿਰ ਦਿਖਾਉਂਦੇ ਹਾਂ ਕਿੱਦਾਂ ਦਾ ਲੱਗਦਾ ਵਾ। ਇੱਕ ਵਾਰ ਮੈਨੂੰ ਨਾ ਕਲੈਰਿਟੀ ਵੇਖ ਕੇ ਦੱਸਿਓ ਕਿੱਦਾਂ ਦੀ ਲੱਗਣ ਦੀ ਤੁਹਾਨੂੰ, ਜੇ ਤਾਂ ਓਕੇ ਲੱਗਣ ਦੀ ਹੋਊਗੀ ਤਾਂ ਆਪਾਂ ਵੀ ਕੱਟੀ ਕੰਡਾ ਇਹਦਾ ਕੱਢ ਆਵਾਂਗੇ। ਮੈਨੂੰ ਜਿੱਥੋਂ ਤੱਕ ਲੱਗਦਾ ਠੀਕ ਠਾਕ ਆ ਕਲੈਰਿਟੀ, ਕੋਈ ਇੰਨੀ ਖਾਸ ਨਹੀਂ ਆ 15 Pro Max ਵਰਗੀ ਲੱਗਣ ਦੀ। ਬਸ ਇੱਕੋ ਚੀਜ਼ ਦਾ ਫਰਕ ਆਇਆ ਵਾ, ਜਿਹੜਾ ਵਾ ਕਿ 120 FPS ਆ ਗਿਆ 4K 120, ਮੇਰੇ ਵਾਲੇ 'ਚ ਚੱਲਦੇ ਆ 4K 60। ਅਤੇ ਕੋਈ ਨਹੀਂ ਵੇਖਦੇ ਹਾਂ, ਜੇ ਤਾਂ ਕਮੈਂਟ ਕਰਕੇ ਕਹੋਗੇ, ਜੇ ਤਾਂ ਘੈਂਟ ਆ ਕਲੈਰਿਟੀ ਚੱਕ ਦਾਂਗੇ ਕੰਡਾ ਇਹਦਾ ਵੀ ਕੱਢ ਦਾਂਗੇ। ਅਤੇ ਓਕੇ ਗਾਇਸ, ਰੱਖੀਏ ਇਹਨੂੰ ਜਿੰਨਾ ਦਾ ਹੈਗਾ ਉਹਨਾਂ ਨੂੰ ਦੇ ਦਈਏ। ਮੇਰੇ ਵੀਰੋ ਸੁਖਵੀਰ ਨੂੰ ਵਧਾਈਆਂ ਹੁਣ, ਮੁੰਡੇ ਨੂੰ ਵਧਾਈਆਂ, ਚਾਹ ਹੀ ਬੜਾ 4:30 ਉੱਠ ਗਏ ਤੜਕੇ, ਇੱਥੇ ਰੱਖ ਸੋਹਣਾ ਬੜਾ ਲੱਗਣਾ ਵਾ ਡੱਬਾ ਮੁੱਖ ਦੇ ਨਾਲ ਹੀ ਉਹਦੇ। ਲੈ ਫੋਨ ਕਿੱਥੇ ਆ, ਫੋਨ ਰੱਖ ਤੇ ਆ ਲੈ ਵੀਰ, ਵਧਾਈਆਂ ਹੁਣ, ਲੈ ਕਰ ਗੱਲ, ਹੈਲੋ ਯਾ ਹੈਲੋ ਆਖਣ ਦੇ ਵੀ ਤੈਨੂੰ, ਚਾਹ ਹੀ ਬੜਾ ਮੁੰਡੇ ਨੂੰ ਆ ਜਾਂਦਾ ਹੁਣ, ਪਹੁੰਚ ਜਾਣਾ ਤੇਰੇ ਕੋਲ 10-15-20 ਦਿਨਾਂ ਤੱਕ। ਆਓ ਖੁਸ਼ ਹਣ, ਚੱਲ ਸੋ ਜਾ ਹੁਣ, ਨੀਂਦ ਆਊਗੀ ਹੁਣ ਵਧੀਆ, ਸੋ ਜਾ ਮੇਰਾ ਵੀਰ, ਕੋਈ ਨੀ ਪਚਾਵਾਂਗੇ ਤੇਰੇ ਤੋਂ। ਨਹੀਂ ਗੁਰੂਆ ਚਾਹ ਹੁੰਦਾ ਵੀਰਾ ਭਰਾਵਾਂ ਨੂੰ, ਭਰਾ ਕੁਛ ਬਾਹਰੋਂ ਇਕੱਲੇ, ਆਪਣੇ ਭਰਾ ਨੂੰ ਵੀ ਚਾਹ ਹੈਗਾ, ਉਹ ਵੀ ਆਸਾ ਮਰਾਦਾ ਲਾਈ ਬੈਠਾ ਵਾ। ਕਿਹੜੀ ਰੈਸਿਪੀ, ਇੱਧਰ ਬ੍ਰੈਸਟ ਚੱਲਦੀ ਆ, ਇੱਧਰ ਜਿੰਜਰ ਵਾਲੀ ਚਾਹ ਬਣੂਗੀ ਮੇਰੇ ਵੀਰੋ, ਪੀ ਕੇ ਤੇ ਆਪਾਂ ਆਪਣੀ ਡਾਇਟ ਰੈਡੀ ਕਰਕੇ ਫਿਰ ਤੁਹਾਨੂੰ ਮਿਲਦੇ। ਓਕੇ ਗਾਈਸ, ਆਪਾਂ ਰੈਡ ਯੈਲੋ ਔਰੇਂਜ ਕੈਪਸੀਕਮ ਕੱਟ ਲਿਆ, ਵਿੱਚ ਗਾਰਲਿਕ ਕੱਟ ਲਿਆ ਵਾ, ਜਿੰਜਰ ਵੀ ਥੋੜ੍ਹਾ ਜਿਹਾ ਕੱਟਾਂਗੇ, ਚਿਲੀ ਵੀ ਕੱਟਾਂਗੇ, ਅਤੇ ਬਣਾ ਕੇ ਪੂਰੀ ਤਿਆਰ ਕਰਕੇ ਫਿਰ ਤੁਹਾਨੂੰ ਮਿਲਦਾ। ਬਾਏ।